ਕੀ ਪੂਰਾ ਮਾਮਲਾ, ਗੱਲ ਕਰੀਏ ਬੱਚੇ ਵੇਚੇ ਜਾਂਦੇ ਸੀ, ਕਿਸ ਤਰ੍ਹਾਂ ਮੁਕਦਮਾ ਦਰਜ ਕੀਤਾ ਗਿਆ ਤੇ ਕਿੰਨੇ ਵਿਅਕਤੀ ਨੂੰ ਫੜੇ ਗਏ ਨੇ? ਹਾਂਜੀ ਸਰ, ਸਾਨੂੰ ਜਿਹੜੀ ਇਹ ਇਨਫੋਰਮੇਸ਼ਨ ਵੀ ਮਿਲੀ ਸੀ ਤੇ ਦਰਖਾਸਤ ਵੀ ਕੀਤੀ ਗਈ ਸੀ ਪਰਿਵਾਰ ਵੱਲੋਂ, 6 ਮਹੀਨਿਆਂ ਦੀ ਬੱਚੀ ਨੂੰ ਇੱਕ ਪਰਮਜੀਤ ਬੰਮਾ ਅਤੇ ਉਸ ਦੀ ਇੱਕ ਲੇਡੀ ਸਾਥੀ ਸਵੀਨਾ ਉਰਫ ਨੈਣਾ, ਜੋ ਪਿੰਡੀ ਬਲੋਚਾਂ ਤੋਂ ਲਿਜਾ ਕੇ ਅੱਗੇ ਇੱਕ ਸਿਮਰਨਜੀਤ ਕੌਰ ਤੇ ਰਜਿੰਦਰ ਕੁਮਾਰ ਨਾਂ ਦੇ ਲੜਕੇ ਨੂੰ ਦੇ ਦਿੱਤੀ 60,000 ਰੁਪਏ 'ਚ। ਇਸ ਸੰਬੰਧੀ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ, ਜਿਸ ਵਿੱਚ 4 ਲੇਡੀ ਤੇ 2 ਜੈਂਟਸ ਅਰੈਸਟ ਕੀਤੇ ਜਾ ਚੁੱਕੇ ਹੁਣ ਤੱਕ, ਤੇ ਜਿਹੜੇ ਬਾਕੀ ਦੋਸ਼ੀ ਉਹ ਤਿਹਾੜ ਜੇਲ੍ਹ 'ਚ ਬੰਦ 'ਚ, ਉਹਨਾਂ ਦੇ ਪ੍ਰੋਟੈਕਸ਼ਨ ਵਾਰੰਟ ਲੈ ਕੇ ਤਫਤੀਸ਼ ਅੱਗੇ ਅਮਲ ਵਿੱਚ ਲਿਆ ਕੇ ਤੇ ਬੱਚੀ ਹਰ ਸੰਭਵ ਕੁਛ ਨਾਲ ਬਰਾਮਦ ਕਰਾਈ ਹੈ। ਪਹਿਲਾ ਮਾਮਲਾ ਨੇ, ਕਈ ਮਾਮਲੇ ਇਸ ਤਰ੍ਹਾਂ ਸਨ, ਲੇਕਿਨ ਪੁਲਿਸ ਬੜੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ, ਕਿਉਂਕਿ ਇੱਕ ਤਰ੍ਹਾਂ ਮਨੁੱਖੀ ਤਸਕਰੀ ਤੋਂ ਪਰਚਾ ਦਰਜ ਕੀਤਾ ਤੇ ਅਗਲੀ ਕਾਰਵਾਈ ਆਦਾ ਵੀ ਕਿੰਨੇ ਕੁ ਵਿਅਕਤੀ ਹੋਰ ਇਹ 'ਚ ਹੋਣਗੇ ਤੇ ਕਿੰਨੇ ਕੁ ਬੱਚੇ ਜਿਹੜੇ ਨੇ ਇਹਨਾਂ ਨੇ ਇਸ ਤਰ੍ਹਾਂ ਵੇਚੇ ਨੇ, ਜਿਹੜੇ ਕਿੰਨੇ ਕਿੰਨੇ ਪੈਸੇ ਵੇਚੇ ਨੇ? ਕਰੀਬ ਸਾਨੂੰ ਜਿਹੜਾ ਇਹਨਾਂ ਦੇ ਇਸੇ ਜਿਹੜਾ ਇਹਨਾਂ ਦਾ ਗੈਂਗ ਆ ਪਰਮਜੀਤ ਬੰਮਾ, ਇਹਨਾਂ ਦੇ 2 ਗੈਂਗ ਜਿਹੜੇ ਪਰਚੇ ਦਰਜ ਇਹਨਾਂ 'ਤੇ, ਇੱਕ ਦਿੱਲੀ ਆ ਇੱਕ ਆਪਣੇ ਪੰਜਾਬ 'ਚ ਹੈ। ਉਸ ਸੰਬੰਧੀ ਜਿਹੜੇ ਇਹਨਾਂ ਦੇ ਇਹਨਾਂ ਦਾ ਜਿਹੜਾ ਸਰਗਣਾ ਹੈਗਾ ਉਹ 8 ਬੰਦਿਆਂ ਦਾ ਹੈਗਾ ਜੀ, 6 ਨੂੰ ਅਸੀਂ ਤੱਕ ਅਸੀਂ ਪਹੁੰਚ ਚੁੱਕੇ ਹਾਂ, 2 ਬੰਦੇ ਰਹਿੰਦੇ ਆ, ਉਹਨਾਂ ਦੇ ਪ੍ਰੋਟੈਕਸ਼ਨ ਵਾਰੰਟ ਜਾਰੀ ਕਰਾ ਕੇ ਬੱਚੀ ਨੂੰ ਬਰਾਮਦ ਕਰਾਇਆ ਜਾਵੇਗਾ। ਬਿਲਕੁਲ, ਕਿੰਨੇ ਕੁ ਬੱਚੇ ਹੋਰ ਹੋਣਗੇ, ਮਤਲਬ ਬੱਚੀ ਬਰਾਮਦ, ਹੋਰ ਬੱਚੇ ਵੀ ਹੋਣਗੇ ਉੱਥੇ? ਹੋ ਸਕਦਾ ਹੋਰ ਵੀ ਹੋ ਸਕਦੇ, ਤਫਤੀਸ਼ ਤੋਂ ਅੱਗੇ ਪਤਾ ਲੱਗੂਗਾ। ਬਿਲਕੁਲ, ਵੀ ਦੇਖਿਆ ਕਿ ਨਛੱਤਰ ਸਿੰਘ ਆਈ, ਉਹਨੇ ਜਿੰਨਾ ਦੇਖਿਆ ਕਿ ਬੱਚੇ ਬਰਾਮਦ ਕਰੋ, ਬੱਚੀ ਇਹ ਬਰਾਮਦ ਕਰਾਉਣੀ ਹੈ, 60,000 ਰੁਪਏ 'ਚ ਜਿਹੜੇ ਬੱਚੇ ਵੇਚਦੇ ਸੀ, ਇਸ ਗਰੋਹ ਦਾ ਜਿਹੜਾ ਫਰਦਾ ਪਾਸ਼ਾ ਫਰੀਦਕੋਟ ਪੁਲਿਸ ਨੇ ਕੀਤਾ, ਤਾਂ ਹੁਣ ਅੱਜ ਜਿਹੜੇ 2 ਵਿਅਕਤੀ ਨੇ ਉਹਨਾਂ ਨੂੰ ਇੱਥੇ ਕੋਰਟ 'ਚ ਪੇਸ਼ ਕੀਤਾ ਗਿਆ, ਦੂਜੇ ਵਿਅਕਤੀ ਜਿਹੜੇ ਮੇਨ ਉਹਨਾਂ ਦੇ ਪ੍ਰੋਡਕਸ਼ਨ ਵੰਡਾ ਜਿਹੜੇ ਉਹ ਜਾਰੀ ਕਰਾ ਦਿੱਤੇ ਗਏ ਨੇ। ਫਰੀਦਕੋਟ ਤੋਂ ਦੇਵਾਨੰਦ ਸ਼ਰਮਾ, ਨਿਊਜ਼ 18। ਕੀ ਪੂਰਾ ਮਾਮਲਾ, ਗੱਲ ਕਰੀਏ ਬੱਚੇ ਵੇਚੇ ਜਾਂਦੇ ਸੀ, ਕਿਸ ਤਰ੍ਹਾਂ ਮੁਕਦਮਾ ਦਰਜ ਕੀਤਾ ਗਿਆ ਤੇ ਕਿੰਨੇ ਵਿਅਕਤੀ ਨੂੰ ਫੜੇ ਗਏ ਨੇ? ਹਾਂਜੀ ਸਰ, ਸਾਨੂੰ ਜਿਹੜੀ ਇਹ ਇਨਫੋਰਮੇਸ਼ਨ ਵੀ ਮਿਲੀ ਸੀ ਤੇ ਦਰਖਾਸਤ ਵੀ ਕੀਤੀ ਗਈ ਸੀ ਪਰਿਵਾਰ ਵੱਲੋਂ, 6 ਮਹੀਨਿਆਂ ਦੀ ਬੱਚੀ ਨੂੰ ਇੱਕ ਪਰਮਜੀਤ ਬੰਮਾ ਅਤੇ ਉਸ ਦੀ ਇੱਕ ਲੇਡੀ ਸਾਥੀ ਸਵੀਨਾ ਉਰਫ ਨੈਣਾ, ਜੋ ਪਿੰਡੀ ਬਲੋਚਾਂ ਤੋਂ ਲਿਜਾ ਕੇ ਅੱਗੇ ਇੱਕ ਸਿਮਰਨਜੀਤ ਕੌਰ ਤੇ ਰਜਿੰਦਰ ਕੁਮਾਰ ਨਾਂ ਦੇ ਲੜਕੇ ਨੂੰ ਦੇ ਦਿੱਤੀ 60,000 ਰੁਪਏ 'ਚ। ਇਸ ਸੰਬੰਧੀ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ, ਜਿਸ ਵਿੱਚ 4 ਲੇਡੀ ਤੇ 2 ਜੈਂਟਸ ਅਰੈਸਟ ਕੀਤੇ ਜਾ ਚੁੱਕੇ ਹੁਣ ਤੱਕ, ਤੇ ਜਿਹੜੇ ਬਾਕੀ ਦੋਸ਼ੀ ਉਹ ਤਿਹਾੜ ਜੇਲ੍ਹ 'ਚ ਬੰਦ 'ਚ, ਉਹਨਾਂ ਦੇ ਪ੍ਰੋਟੈਕਸ਼ਨ ਵਾਰੰਟ ਲੈ ਕੇ ਤਫਤੀਸ਼ ਅੱਗੇ ਅਮਲ ਵਿੱਚ ਲਿਆ ਕੇ ਤੇ ਬੱਚੀ ਹਰ ਸੰਭਵ ਕੁਛ ਨਾਲ ਬਰਾਮਦ ਕਰਾਈ ਹੈ। ਪਹਿਲਾ ਮਾਮਲਾ ਨੇ, ਕਈ ਮਾਮਲੇ ਇਸ ਤਰ੍ਹਾਂ ਸਨ, ਲੇਕਿਨ ਪੁਲਿਸ ਬੜੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ, ਕਿਉਂਕਿ ਇੱਕ ਤਰ੍ਹਾਂ ਮਨੁੱਖੀ ਤਸਕਰੀ ਤੋਂ ਪਰਚਾ ਦਰਜ ਕੀਤਾ ਤੇ ਅਗਲੀ ਕਾਰਵਾਈ ਆਦਾ ਵੀ ਕਿੰਨੇ ਕੁ ਵਿਅਕਤੀ ਹੋਰ ਇਹ 'ਚ ਹੋਣਗੇ ਤੇ ਕਿੰਨੇ ਕੁ ਬੱਚੇ ਜਿਹੜੇ ਨੇ ਇਹਨਾਂ ਨੇ ਇਸ ਤਰ੍ਹਾਂ ਵੇਚੇ ਨੇ, ਜਿਹੜੇ ਕਿੰਨੇ ਕਿੰਨੇ ਪੈਸੇ ਵੇਚੇ ਨੇ? ਕਰੀਬ ਸਾਨੂੰ ਜਿਹੜਾ ਇਹਨਾਂ ਦੇ ਇਸੇ ਜਿਹੜਾ ਇਹਨਾਂ ਦਾ ਗੈਂਗ ਆ ਪਰਮਜੀਤ ਬੰਮਾ, ਇਹਨਾਂ ਦੇ 2 ਗੈਂਗ ਜਿਹੜੇ ਪਰਚੇ ਦਰਜ ਇਹਨਾਂ 'ਤੇ, ਇੱਕ ਦਿੱਲੀ ਆ ਇੱਕ ਆਪਣੇ ਪੰਜਾਬ 'ਚ ਹੈ। ਉਸ ਸੰਬੰਧੀ ਜਿਹੜੇ ਇਹਨਾਂ ਦੇ ਇਹਨਾਂ ਦਾ ਜਿਹੜਾ ਸਰਗਣਾ ਹੈਗਾ ਉਹ 8 ਬੰਦਿਆਂ ਦਾ ਹੈਗਾ ਜੀ, 6 ਨੂੰ ਅਸੀਂ ਤੱਕ ਅਸੀਂ ਪਹੁੰਚ ਚੁੱਕੇ ਹਾਂ, 2 ਬੰਦੇ ਰਹਿੰਦੇ ਆ, ਉਹਨਾਂ ਦੇ ਪ੍ਰੋਟੈਕਸ਼ਨ ਵਾਰੰਟ ਜਾਰੀ ਕਰਾ ਕੇ ਬੱਚੀ ਨੂੰ ਬਰਾਮਦ ਕਰਾਇਆ ਜਾਵੇਗਾ। ਬਿਲਕੁਲ, ਕਿੰਨੇ ਕੁ ਬੱਚੇ ਹੋਰ ਹੋਣਗੇ, ਮਤਲਬ ਬੱਚੀ ਬਰਾਮਦ, ਹੋਰ ਬੱਚੇ ਵੀ ਹੋਣਗੇ ਉੱਥੇ? ਹੋ ਸਕਦਾ ਹੋਰ ਵੀ ਹੋ ਸਕਦੇ, ਤਫਤੀਸ਼ ਤੋਂ ਅੱਗੇ ਪਤਾ ਲੱਗੂਗਾ। ਬਿਲਕੁਲ, ਵੀ ਦੇਖਿਆ ਕਿ ਨਛੱਤਰ ਸਿੰਘ ਆਈ, ਉਹਨੇ ਜਿੰਨਾ ਦੇਖਿਆ ਕਿ ਬੱਚੇ ਬਰਾਮਦ ਕਰੋ, ਬੱਚੀ ਇਹ ਬਰਾਮਦ ਕਰਾਉਣੀ ਹੈ, 60,000 ਰੁਪਏ 'ਚ ਜਿਹੜੇ ਬੱਚੇ ਵੇਚਦੇ ਸੀ, ਇਸ ਗਰੋਹ ਦਾ ਜਿਹੜਾ ਫਰਦਾ ਪਾਸ਼ਾ ਫਰੀਦਕੋਟ ਪੁਲਿਸ ਨੇ ਕੀਤਾ, ਤਾਂ ਹੁਣ ਅੱਜ ਜਿਹੜੇ 2 ਵਿਅਕਤੀ ਨੇ ਉਹਨਾਂ ਨੂੰ ਇੱਥੇ ਕੋਰਟ 'ਚ ਪੇਸ਼ ਕੀਤਾ ਗਿਆ, ਦੂਜੇ ਵਿਅਕਤੀ ਜਿਹੜੇ ਮੇਨ ਉਹਨਾਂ ਦੇ ਪ੍ਰੋਡਕਸ਼ਨ ਵੰਡਾ ਜਿਹੜੇ ਉਹ ਜਾਰੀ ਕਰਾ ਦਿੱਤੇ ਗਏ ਨੇ। ਫਰੀਦਕੋਟ ਤੋਂ ਦੇਵਾਨੰਦ ਸ਼ਰਮਾ, ਨਿਊਜ਼ 18।